विरले विरले ने तेरे नाम देव पार, 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 देव पारे चले चले तेरे नाम देव पारे, चले चले तेरे नाम देव पारे, चले चले तेरे नाम देव पारे, नाम देव पारे तेरे नाम देव पारे, नाम देव पारी तेरे नाम देव पारी, नाम देव पारी परम सत्कार योग जुग जुग अटल जागत जोत धन धन साहिब श्री गुरु ग्रंथ साहिब जी दी पावन पवित्र हजूरी विच बैठे गुरु रूप साध संगत जी गज के फतेह बुलाओ आखो जी वाहिगुरु जी का खालसा वाहिगुरु जी की फतेह। धन धन प्यारे बाबा नानक सिंह जी दी पवित्र ते मिठी याद नूं मनाउंदे होए श्रीमान संत बाबा बलदेव सिंह जी जिन्हां दा महान उपराला है एक दू एक चढ़ंदियां कौन जाने मेरा नाओ। स्टेज तो हुणे हुणे बेअंत महापुरख हाजरी भर के गए ने ते स्टेज ते महापुरख बैठे भी ने, मलेरकोटले वाले महापुरख बैठे ने, नानकसर वाले महापुरखां दा जत्था बैठा है भाई बग्गा सिंह जी, ਇਹ ਵੀ ਗੁਰਮੁਖੋ ਚੰਗੇ ਭਾਗ ਹੀ ਹੋਣਗੇ ਜਿਹੜੇ ਇੰਨੇ ਮਹਾਂਪੁਰਖਾਂ ਦੇ ਇਸ ਸਟੇਜ ਤੇ ਦਰਸ਼ਨ ਹੁੰਦੇ। ਮੈਂ ਤੇ ਕਈ ਵਾਰੀ ਸੋਚਦਾ ਹੁੰਦਾ ਵੀ ਬਾਬਾ ਬਲਦੇਵ ਸਿੰਘ ਜੀ ਨੇ ਇੰਨਾ ਪਿਆਰ ਵੰਡਿਆ, ਇੰਨਾ ਪ੍ਰੇਮ ਕੀਤਾ, ਸ਼ਾਇਦ ਹੀ ਪੰਜਾਬ 'ਚ ਕੋਈ ਸਾਧੂ ਹੋਵੇ ਜਿਹੜਾ ਇਸ ਸਟੇਜ ਤੇ ਨਹੀਂ ਆਇਆ ਹੋਣਾ।
ਇਹ ਬਾਬਾ ਬਲਦੇਵ ਸਿੰਘ ਜੀ ਦਾ ਪਿਆਰ ਹੈ। ਤੇ ਜੇ ਅੱਜ ਮਹਾਂਪੁਰਖਾਂ ਦੀ ਯਾਦ ਚ ਆਏ ਆ ਤੇ ਗੁਰਮੁਖੋ ਹਿਰਦੇ ਵਿੱਚ ਇੱਕ ਪ੍ਰੇਮ ਇੱਕ ਭਾਵਨਾ ਲੈ ਕੇ ਜਾਈਏ, ਕਿਉਂਕਿ ਬਾਣੀ ਦੀ ਪੰਕਤੀ ਪੜ੍ਹੀ ਹੈ, ਕਿਨ ਹੀ ਬਣ ਗਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ। ਇੱਕ ਗੱਲ ਅੱਜ ਪੱਲੇ ਬੰਨ ਕੇ ਜਾਣੀ ਹੈ, ਮੈਂ ਇੱਕੋ ਹੀ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ ਕਿਉਂਕਿ ਸਮਾਂ 10 ਮਿੰਟ ਦਾ ਹੀ ਹੈ। ਵੈਸੇ 10 ਮਿੰਟਾਂ 'ਚ ਆਪਾਂ ਨਾ ਤੇ ਕੁਝ ਸੁਣਾ ਸਕਦੇ ਹਾਂ, ਨਾ ਹੀ ਕੋਈ ਵਿਚਾਰ ਦੀ ਸਾਂਝ ਪਾ ਸਕਦੇ ਹਾਂ, ਕਿਉਂਕਿ 10 ਮਿੰਟ ਤੇ ਸਾਜ ਹੀ ਸੈਟਿੰਗ ਹੁੰਦੀ ਨੂੰ ਲੰਘ ਜਾਂਦੇ। ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇਖੀ ਹੈ ਬਹੁਤ ਵਪਾਰ ਕਰਦੀ, ਕੋਈ ਕਾਂਸੀ ਦਾ ਵਪਾਰ ਕਰਦਾ, ਕੋਈ ਤਾਂਬੇ ਦਾ ਵਪਾਰ ਕਰਦਾ। ਦੁਨੀਆਂ ਵਪਾਰ ਕਰਦੀ ਹੈ ਆਪਣੇ ਸੁੱਖ ਲਈ, ਆਪਣੀ ਸਹੂਲਤ ਲਈ, ਪਰ ਜਿਨ੍ਹਾਂ ਨੂੰ ਅੱਜ ਯਾਦ ਕਰ ਰਹੇ ਹਾਂ ਵਪਾਰ ਉਹਨਾਂ ਨੇ ਵੀ ਕੀਤਾ, ਪਰ ਕਾਹਦਾ ਕੀਤਾ? ਗੁਰਮੁਖੋ ਨਾਮ ਦਾ ਕੀਤਾ ਵਪਾਰ। ਕਿਨਹੀ ਬਣ ਗਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣ ਗਿਆ ਨਾਮ ਗੋਬਿੰਦ ਕਾ। ਅੱਜ ਕੋਈ ਸ਼ਾਇਦ ਹੀ ਦੁਨੀਆਂ ਦਾ ਕੋਨਾ ਹੋਵੇ ਜਿੱਥੇ ਧੰਨ ਬਾਬਾ ਆਨੰਦ ਸਿੰਘ ਜੀ ਦਾ ਨਾਮ ਨਾ ਹੋਵੇ। ਅੱਜ ਲੋਕ ਬੜੀ ਨਿੰਦਿਆ ਕਰਦੇ ਨੇ, ਨਿੰਦਕ ਲੋਕ ਬਹੁਤ ਨੇ, ਮਹਾਂਪੁਰਖਾਂ ਨੂੰ ਮਾੜਾ ਵੀ ਬੋਲਦੇ ਨੇ, ਨਿੰਦਿਆ ਵੀ ਕਰਦੇ ਨੇ, ਪਰ ਗੱਲ ਤੇ ਤਾਂ ਬਣਦੀ ਹੈ ਬਾਬਾ ਆਨੰਦ ਸਿੰਘ ਜੀ ਵਰਗੀ ਕੋਈ ਕਮਾਈ ਕਰਕੇ ਵਿਖਾਵੇ, ਕੋਈ ਉਹਨਾਂ ਵਾਂਗੂ ਨਾਮ ਜਪ ਕੇ ਦਿਖਾਵੇ। ਅੱਜ ਮੈਂ ਬਾਣੀ ਦੀ ਪੰਕਤੀ ਪੜ੍ਹ ਰਿਹਾ ਸੀਗਾ, ਤੁਸੀਂ ਵੀ ਪੜ੍ਹਦੇ ਆ ਰੋਜ਼। ਸਤਿਗੁਰੂ ਕੀ ਕਹਿੰਦੇ ਨੇ? ਪ੍ਰਭ ਕੋ ਸਿਮਰੈ ਸੇ ਬੇਮੋਹ ਤਾਜੇ। ਸੁਖਮਨੀ ਸਾਹਿਬ ਦੀ ਬਾਣੀ ਦਾ ਵਚਨ ਹੈ, ਕਹਿੰਦੇ ਜਿਹੜੇ ਸਿਮਰਨ ਕਰਦੇ ਨੇ ਨਾ ਪਰਮਾਤਮਾ ਦਾ, ਬਾਣੀ ਦਾ, ਨਾਮ ਦਾ, ਸਤਿਗੁਰੂ ਕਹਿੰਦੇ ਉਹ ਬੇਮੋਹਤਾਜ ਹੋ ਜਾਂਦੇ ਨੇ, ਭਾਵ ਕਿ ਕਿਸੇ ਦੀ ਵੀ ਉਹਨਾਂ ਨੂੰ ਕਾਣ ਨਹੀਂ ਰਹਿੰਦੀ, ਕਿਸੇ ਦੀ ਵੀ ਅਧੀਨਗੀ ਨਹੀਂ ਰਹਿੰਦੀ, ਬੇਮੋਹਤਾਜ ਹੋ ਜਾਂਦੇ। ਪਰ ਮੈਂ ਹੈਰਾਨ ਹੁੰਦਾ ਵੀ ਬੇਮੋਹਤਾਜ ਜ਼ਿੰਦਗੀ ਜਿਉਈ ਤੇ ਧੰਨ ਬਾਬਾ ਆਨੰਦ ਸਿੰਘ ਜੀ ਨੇ, ਆਖੋ ਸਤਨਾਮ। ਬੜੀ ਦੁਨੀਆਂ ਤੇ ਤਿਆਗ ਬਹੁਤਿਆਂ ਨੇ ਕੀਤੇ ਹੋਣਗੇ, ਆਪਾਂ ਕਹਿੰਦੇ ਹਾਂ ਮੈਂ ਆਹ ਤਿਆਗ ਕੀਤਾ ਆਪਣੇ ਰਿਸ਼ਤੇਦਾਰਾਂ ਲਈ, ਮੈਂ ਆਹ ਤਿਆਗ ਕੀਤਾ ਆਪਣੀ ਭੈਣ ਲਈ, ਮੈਂ ਆਹ ਤਿਆਗ ਕੀਤਾ ਆਪਣੇ ਭਰਾ ਲਈ, ਪਰ ਜਿਹੋ ਜਿਹੇ ਤਿਆਗੀ ਬਾਬਾ ਆਨੰਦ ਸਿੰਘ ਜੀ ਸੀ, ਮੈਂ ਕਹਿੰਦਾ ਸ਼ਾਇਦ ਹੀ ਕੋਈ ਦੁਨੀਆਂ ਤੇ ਹੋਵੇ। ਕਦੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਦੇਖੋ, ਕਦੇ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ, ਤੇ ਸਤਿਗੁਰੂ ਕਹਿੰਦੇ ਫਿਰ ਇੱਕੋ ਹੀ ਗੱਲ ਸਾਹਮਣੇ ਆਉਂਦੀ ਹੈ, ਇੱਕੋ ਹੀ ਗੱਲ। ਬੜੀ ਦੁਨੀਆਂ ਤੇ ਅਮੀਰ ਹੋਣਗੇ, ਬੜੀ ਦੁਨੀਆਂ ਤੇ ਧਨਾੜ ਹੋਣਗੇ, ਪਰ ਧੰਨ ਬਾਬਾ ਆਨੰਦ ਸਿੰਘ ਜੀ ਵਰਗੇ ਸਾਰੇ ਪਿਆਰ ਨਾਲ ਪੜ੍ਹੀਏ ਉਹਨਾਂ ਦੀ ਯਾਦ ਚ। ਮੈਂ ਦੋ ਹੀ ਧਾਰਨਾ ਪੜ੍ਹਨੀਆਂ ਫਿਰ ਸਮਾਪਤੀ ਕਰ ਦੇਣੀਆਂ, ਤੇ ਭੈਣਾਂ ਨੂੰ ਬੇਨਤੀ ਹੈ ਵੀ ਜਿੰਨੀਆਂ ਤੁਸੀਂ ਬੈਠੀਆਂ ਨਾ ਤੇ ਤੁਹਾਡੀ ਆਵਾਜ਼ ਆ ਨੇੜ ਦੇ ਪਿੰਡਾਂ ਤੱਕ ਤਾਂ ਸੁਣੇ ਨਾ ਵੀ ਇੰਨੀਆਂ ਭੈਣਾਂ ਇਕੱਠੀਆਂ ਹੋਈਆਂ, ਤੇ ਤੁਸੀਂ ਕਿਸੇ ਧਾਰਨਾ ਚ ਨਹੀਂ ਬੋਲੀਆਂ, ਮਹਾਂਪੁਰਖ ਪਹਿਲਾਂ ਵੀ ਪੜ੍ਹ ਕੇ ਗਏ ਹੈ, ਤੁਹਾਡੀ ਆਵਾਜ਼ ਨਹੀਂ ਆਈ। ਸੋ ਗੱਜ ਵੱਜ ਗਏ ਆਪਾਂ ਸਾਰੇ ਬਾਬਾ ਆਨੰਦ ਸਿੰਘ ਜੀ ਦੀ ਯਾਦ ਚ। ਸਤਿਗੁਰ ਕੀ ਕਹਿੰਦੇ ਨੇ? ਉਹ ਤਾਂ ਸਾਰੀ ਦੁਨੀਆਂ ਦਾ ਰਾਜਾ ਜਿਹੜਾ ਤੇਰਾ ਨਾਮ ਜਪੇ, ਸਾਰੀ ਦੁਨੀਆਂ ਦਾ ਰਾਜਾ ਜਿਹੜਾ ਤੇਰਾ ਨਾਮ ਜਪੇ।
ਜਿਸਨੂੰ ਬਖਸ਼ੇ ਸਿਫਤ ਸਲਾਹ। ਮੈਂ ਹੈਰਾਨ ਆ ਵੀ ਇੰਨੇ ਤਿਆਗ ਮਹਾਂਪੁਰਖਾਂ ਨੇ ਕੀਤਾ। ਬਾਬਾ ਜੀ ਬੈਠੇ, ਧੰਨ ਬਾਬਾ ਨੰਦ ਸਿੰਘ ਜੀ ਤੇ ਪਟਿਆਲੇ ਵਾਲੇ ਰਾਜੇ ਦਾ ਵਜ਼ੀਰ ਭਾਈ ਹਰਚੰਦ ਸਿੰਘ। ਦੇਖੋ ਕਹਿ ਦੇਣੀ ਗੱਲ ਸੌਖੀ ਆ, ਅਸੀਂ ਕਹਿ ਦੇਣੀ ਆ, ਤੁਸੀਂ ਸੁਣ ਲੈਣੀ ਆ, ਪਰ ਇੱਥੋਂ ਤੱਕ ਅਵਸਥਾ ਲਿਜਾਣੀ ਕਿੰਨੀ ਔਖੀ ਆ। ਦੇਖੋ ਪਟਿਆਲੇ ਵਾਲੇ ਰਾਜੇ ਦਾ ਵਜ਼ੀਰ ਹੈ ਹਰਚੰਦ ਸਿੰਘ। ਉਹਨੇ ਮਨ ਵਿੱਚ ਸੋਚਿਆ ਵੀ ਜਦੋਂ ਅਸੀਂ ਕਿਤੇ ਜਾਂਦੇ ਹਾਂ ਗੱਡੀਆਂ ਤੇ ਜਾਂਦੇ ਹਾਂ ਤੇ ਬਾਬਾ ਨੰਦ ਸਿੰਘ ਜੀ ਜਿੱਥੇ ਜਾਂਦੇ ਨੇ ਟਾਂਗੇ ਤੇ ਜਾਂਦੇ ਨੇ। ਪਿਆਰ ਕਰਦਾ ਸੀ ਮਹਾਂਪੁਰਖਾਂ ਨਾਲ। ਮਨ ਵਿੱਚ ਵਿਚਾਰ ਬਣਾਈ ਵੀ ਮਹਾਂਪੁਰਖਾਂ ਵਾਸਤੇ ਨਾ ਗੱਡੀ ਭੇਜੀਏ। ਗੱਡੀ ਇੱਕ ਗੱਡੀ ਲੈ ਲਈ ਤੇ ਨਾਲ ਡਰਾਈਵਰ ਬਾਬਾ ਹਰੀ ਸਿੰਘ ਜੀ। ਇਹ ਯੂਟਿਊਬ ਤੇ ਅੱਜ ਵੀ ਬਾਬਾ ਹਰੀ ਸਿੰਘ ਦੇ ਬਚਨ ਤੁਸੀਂ ਸੁਣੋ ਨਾ। ਬਾਬਾ ਹਰੀ ਸਿੰਘ ਬਾਬਾ ਨੰਦ ਸਿੰਘ ਦੇ ਡਰਾਈਵਰ ਸੀ ਤੇ ਨਾਲ ਡਰਾਈਵਰ ਭੇਜਿਆ ਵੀ ਲੈ ਹਰੀ ਸਿੰਘ ਆ ਗੱਡੀ ਲੈ ਜਾ ਤੇ ਬਾਬਾ ਨੰਦ ਸਿੰਘ ਜੀ ਨੂੰ ਦੇ ਕੇ ਆਉਣੀ ਹੈ ਤੇ ਨਾਲ ਸੇਵਾ ਕਰਨੀ ਹੈ ਰਹਿ। ਬਾਬਾ ਹਰੀ ਸਿੰਘ ਜੀ ਗੱਡੀ ਲੈ ਕੇ ਆ ਗਏ। ਬਾਬਾ ਨੰਦ ਸਿੰਘ ਜੀ ਹੁਣ ਜੰਗਲਾਂ ਚ ਬੈਠੇ ਨੇ ਕਿਉਂਕਿ ਮਹਾਂਪੁਰਖ ਤੇ ਜਦੋਂ ਅਸੀਂ ਆਉਂਦੇ ਸੀ ਦੇਖ ਕੇ ਬੜੇ ਹੈਰਾਨ ਹੁੰਦੇ ਸੀ ਵੀ ਆ ਦੇਖੋ ਇਸ ਧਰਤੀ ਨੂੰ ਭਾਗ ਲਾਉਣੇ ਸੀ। ਮਹਾਂਪੁਰਖ ਜੰਗਲਾਂ ਚ ਬੈਠੇ ਨੇ ਤੇ ਇਹ ਇੱਕ ਅੱਜ ਵੀ ਲੋਕ ਮੰਨਦੇ ਨੇ, ਉਸ ਵੇਲੇ ਵੀ ਮੰਨਦੇ ਸੀ ਜੇ ਬਾਬਾ ਨੰਦ ਸਿੰਘ ਜੰਗਲਾਂ ਚ ਬਹਿ ਜਾਂਦੇ ਸੀ ਤੇ ਉੱਥੇ ਵੀ ਗੁਰਮੁਖੋ ਸੱਚਖੰਡੀ ਬਣ ਜਾਂਦਾ ਸੀ। ਆਖੋ ਸਤਨਾਮ, ਚਾਹੇ ਉਹ ਦੇਹਰਾਦੂਨ ਦੀਆਂ ਪਹਾੜੀਆਂ ਹੋਣ, ਚਾਹੇ ਉਹ ਰੰਗਰੋਟੇ ਦੀ ਗੁਫਾ ਹੋਵੇ, ਜਿੱਥੇ ਬਾਬਾ ਨੰਦ ਸਿੰਘ ਬੈਠੇ ਉਹ ਧਰਤੀ ਤੇ ਗੁਰਮੁਖੋ ਪੁਰੀਆਂ ਹੀ ਉਤਰ ਆਈਆਂ, ਬੈਕੁੰਠੀ ਬਣ ਗਏ। ਬਾਬਾ ਨੰਦ ਸਿੰਘ ਬੈਠੇ ਪੜਿਆ ਕਰਦੇ ਮਹਾਂਪੁਰਖ। ਰੱਬ ਨੂੰ ਵੀ ਮੰਨਣਾ ਪੈ ਜਾਂਦਾ ਹੋਵੇ ਅਰਦਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈ ਜਾਂਦਾ ਹੋਵੇ ਪੁੱਟਣੇ ਉਸ ਬੰਸ ਦੀਆਂ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ, ਪੁੱਟਣੇ ਉਸ ਬੰਸ ਦੀਆਂ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ। ਅਰਦਾਸਾ ਸੰਤਾਂ ਦਾ ਤੇ ਜਦੋਂ ਸਿੰਘ ਜੀ
ਦੀ ਗੱਡੀ ਲੈ ਕੇ ਪਹੁੰਚੇ ਦੇਖੋ ਕਿੰਨੇ ਤਿਆਗ ਹੋਣਗੇ ਮਹਾਂਪੁਰਖ ਕਹਿ ਦੇਣੀ ਗੱਲ ਸੌਖੀ ਹੈ ਪਿਆਰਿਓ ਅੱਜ ਕੋਈ ਚੰਗਾ ਕੱਪੜਾ ਲੈ ਕੇ ਆ ਜਾਏ ਨਾ ਉਹ ਨਹੀਂ ਮੋੜਿਆ ਜਾਂਦਾ ਕੋਈ ਹਜ਼ਾਰ ਦੋ ਹਜ਼ਾਰ ਦਸ ਹਜ਼ਾਰ ਰੁਪਈਆ ਲੈ ਕੇ ਆ ਜਾਏ ਉਹ ਨਹੀਂ ਮੋੜਿਆ ਜਾਂਦਾ ਜਦੋਂ ਲੈ ਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਕਿੱਦਾਂ ਆਏ ਹੋ ਕਹਿੰਦੇ ਮਹਾਰਾਜ ਗੱਡੀ ਭੇਜੀ ਹੈ ਵਜ਼ੀਰ ਨੇ ਬਾਬਾ ਅਨੰਦ ਸਿੰਘ ਇਹਨੂੰ ਕਹਿੰਦੇ ਆ ਬਾਬਾ ਅਨੰਦ ਸਿੰਘ ਇਹ ਆ ਤਿਆਗ ਬਾਬਾ ਅਨੰਦ ਸਿੰਘ ਕਹਿੰਦੇ ਹਰੀ ਸਿਆ ਗੱਡੀ ਮੋੜ ਕੇ ਲੈ ਜਾ ਅਸੀਂ ਗੱਡੀਆਂ ਤੋਂ ਕੀ ਲੈਣਾ ਹੈ ਆਖੋ ਸਤਨਾਮ ਸਾਨੂੰ ਨੀ ਗੱਡੀ ਚਾਹੀਦੀ ਦੇਖੋ ਕਿੰਨਾ ਤਿਆਗ ਹੈ ਗੁਰਮੁਖ ਕਹਿੰਦੇ ਅੱਜ ਗੱਡੀ ਰੱਖਾਂਗੇ ਕੱਲ ਨੂੰ ਤੇਲ ਦੀ ਟੈਨਸ਼ਨ ਹੋਵੇਗੀ ਫਿਰ ਇਹਦੀ ਮੇਨਟੇਨ ਦੀ ਟੈਨਸ਼ਨ ਹੋਵੇਗੀ ਅਸੀਂ ਨਾਮ ਜਪਣਾ ਅਸੀਂ ਟੈਨਸ਼ਨ ਨਹੀਂ ਲੈਣੀ ਤਾਂ ਹੀ ਤੇ ਕੁੱਲੀ ਨੂੰ ਅੱਗ ਲਾ ਜਾਂਦੇ ਸੀ ਬਾਬਾ ਹਰੀ ਸਿੰਘ ਮੁੜ ਗਏ ਫਿਰ ਆਪ ਰਾਜਾ ਵਜ਼ੀਰ ਆਇਆ ਹਰਚੰਦ ਸਿੰਘ ਤੇ ਫਿਰ ਬਾਬਾ ਅਨੰਦ ਸਿੰਘ ਜੀ ਨੂੰ ਬੇਨਤੀ ਕੀਤੀ ਮਹਾਰਾਜ ਸਭ ਕੁਝ ਤੁਹਾਡਾ ਹੀ ਆ ਆ ਡਰਾਈਵਰ ਵੀ ਨਾਲ ਆ ਤੇਲ ਦੀ ਵੀ ਕੋਈ ਫਿਕਰ ਨਹੀਂ ਬਸ ਸਾਡੀ ਸੇਵਾ ਲੇਖੇ ਚ ਲਾ ਲਓ ਆਖੋ ਸਤਨਾਮ ਤੇ ਫਿਰ ਵੀ ਇਸ ਸ਼ਰਤ ਤੇ ਰੱਖੀ ਕਹਿਣ ਲੱਗੇ ਜਿਸ ਦਿਨ ਅਸੀਂ ਕਵਾਂਗੇ ਨਾ ਤੇ ਆ ਕੇ ਲੈ ਜਾਈ ਅਸੀਂ ਰੱਖਣੀ ਨਹੀਂ ਹੈ ਗੱਡੀ ਕਿੰਨਾ ਤਿਆਗ ਗੁਰਮੁਖੋ ਅੱਜ ਤਾਂ ਹੀ ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਤਾਂ ਹੀ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਆਓ ਮਹਾਂਪੁਰਖਾਂ ਦਾ ਧੰਨਵਾਦ ਆਖਰੀ ਧਾਰਨਾ ਗੱਜ ਵੱਜ ਕੇ ਪੜ੍ਹੀਏ ਆਉਣ ਵਾਲਾ ਸਮਾਂ ਕਰੀਏ ਸਰਵਣ ਜੇ ਮਹਾਂਪੁਰਖਾਂ ਨੇ ਤਿਆਗ ਕੀਤਾ ਸੂਈ ਦੇ ਨੱਖੇ ਜਿੰਨੀ ਥਾਂ ਵੀ ਆਪਣੇ ਨਾਂ ਨਹੀਂ ਲਵਾਈ ਤੇ ਅੱਜ ਕੋਈ ਥਾਂ ਦੇਸ਼ ਦੁਨੀਆਂ ਦਾ ਰਿਹਾ ਹੀ ਨਹੀਂ ਜਿੱਥੇ ਬਾਬਾ ਅਨੰਦ ਸਿੰਘ ਜੀ ਨੂੰ ਯਾਦ ਨਹੀਂ ਕੀਤਾ ਜਾਂਦਾ ਆ ਮੈਂ ਵਿਦੇਸ਼ ਬਾਹਰ ਦੇਖ ਕੇ ਆਇਆ ਕਈ ਘਰ ਇੱਦਾਂ ਦੇ ਨੇ ਇੱਕ ਇੱਕ ਕਮਰਾ ਛੱਡਿਆ ਹੋਇਆ ਬਾਬਾ ਅਨੰਦ ਸਿੰਘ ਜੀ ਦਾ ਆਸਣ ਲਾ ਕੇ ਵੀ ਆ ਮਹਾਂਪੁਰਖਾਂ ਦੇ ਨਿਮਿੱਤ ਕਮਰਾ ਹੈ ਸਾਡਾ ਇਹ ਬਾਬਾ ਅਨੰਦ ਸਿੰਘ ਜੀ ਦੀ ਕਮਾਈ ਹੈ ਆਓ ਪੜ੍ਹੋ ਪਿਆਰ ਨਾਲ ਸਮਾਪਤੀ ਕਰੀਏ ਤੇਰੇ ਵਰਗਾ ਨੀ ਤਿਆਗੀ ਕੋਈ ਹੋਣਾ ਤੇਰੇ ਵਰਗਾ ਨੀ ਤਿਆਗੀ ਕੋਈ ਹੋਣਾ ਧੰਨ ਬਾਬਾ ਅਨੰਦ ਸਿੰਘ ਵਰਗਾ ਨੀ ਤਿਆਗੀ ਕੋਈ ਹੋਣਾ ਤਿਆਗੀ ਕੋਈ ਹੋਣਾ ਧੰਨ ਬਾਬਾ ਅਨੰਦ ਸਿੰਘ ਤੇਰੇ ਵਰਗਾ ਨਾ ਤਿਆਗੀ ਕੋਈ ਹੋਣਾ ਧੰਨ ਬਾਬਾ ਅਨੰਦ ਸਿੰਘ ਜੀ ਤੇਰੇ ਵਰਗਾ ਤਿਆਗੀਆਂ ਦੀ ਦੇਖੀ ਦੁਨੀਆ ਮੇਰੇ ਪਿਆਰੇ 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 ਤੇਰੇ ਵਰਗਾ ਕੋਈ ਹੋਣਾ ਧੰਨ ਬਾਬਾ ਅਨੰਦ ਸਿੰਘ ਜੀ ਤੇਰੇ ਵਰਗਾ ਕੋਈ ਹੋਣਾ ਧੰਨ ਬਾਬਾ ਅਨੰਦ ਸਿੰਘ ਜੀ
ਮਹਾਂਪੁਰਖਾਂ ਵਰਗਾ ਤਿਆਗ ਹੋਣਾ ਮੁਸ਼ਕਲ ਹੈ। ਅੱਜ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ। ਕਿੰਨੇ ਮਹਾਂਪੁਰਖ, ਬਾਬਾ ਗੁਰਨਾਮ ਸਿੰਘ ਬਾਬਾ ਜੀ, ਟਰੋਲੀ ਵਾਲੇ, ਕਾਰ ਸੇਵਾ ਵਾਲੇ ਮਹਾਂਪੁਰਖ, ਹੋਰ ਕਿੰਨੇ ਮਹਾਂਪੁਰਖ ਬੈਠੇ ਨੇ। ਸਾਡੇ ਪੰਜ ਗਰਾਈ ਤੋਂ ਜੱਥਾ ਬੈਠਾ, ਛੋਟੇ ਛੋਟੇ ਹੁੰਦੇ ਸੀ, ਅੱਜ ਮੈਂ ਦੇਖ ਕੇ ਬੜਾ ਖੁਸ਼ ਹੁੰਦਾ, ਦੇਖੋ ਕਿੰਨਾ ਰੰਗ ਚੜਿਆ, ਮਹਾਰਾਜ ਦੀ ਕਿਰਪਾ ਹੋਈ ਹੈ। ਸੋ ਆਓ, ਆਉਣ ਵਾਲਾ ਸਮਾਂ ਕਰੋ ਸਰਵਣ, ਗੱਜ ਕੇ ਫਤਿਹ ਬੁਲਾਓ। ਮਹਾਂਪੁਰਖ ਕਹਿੰਦੇ ਸੀ ਦੋਵੇਂ ਦਿਨ ਹਾਜ਼ਰੀ ਭਰਨੀ ਆ, ਕਿਉਂਕਿ ਬਹੁਤ ਟਾਈਮ ਤੋਂ ਬਾਬਾ ਬਲਦੇਵ ਸਿੰਘ ਜੀ, ਸਾਡੇ ਵੱਡੇ ਬਾਬਾ ਜੀ, ਬਾਬਾ ਪਾਲਾ ਸਿੰਘ ਜੀ ਕੰਡਿਆਲ ਵਾਲੇ, ਉਹਨਾਂ ਨਾਲ ਪ੍ਰੇਮ ਬਹੁਤ ਟਾਈਮ ਦਾ ਬਣਿਆ ਹੋਇਆ। ਸਾਡੇ ਮਹਾਂਪੁਰਖ ਵੀ ਹਾਜ਼ਰੀ ਲਵਾ ਕੇ ਗਏ, ਬਾਬਾ ਪਵਨਦੀਪ ਸਿੰਘ ਜੀ। ਸੋ ਆਓ ਗੁਰਮੁਖੋ, ਕੱਲ ਨੂੰ ਵੀ ਤੁਹਾਡੇ ਦਰਸ਼ਨ ਕਰਾਂਗੇ। ਗੱਜ ਕੇ ਫਤਿਹ ਬੁਲਾਓ, ਆਵਾਜ਼ ਦਿਓ ਸਾਰੇ ਪਿੱਛੇ ਤੱਕ, ਢਿੱਲੀ ਫਤਿਹ ਨਹੀਂ ਬੁਲਾਉਣੀ, ਗੱਜ ਕੇ ਫਤਿਹ ਬੁਲਾਉਣੀ ਆ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਚੋਂ ਆਵਾਜ਼ ਘੱਟ ਆਈ ਹੈ, ਸੰਗਤ ਚੋਂ ਜਿੰਨੀ ਸੰਗਤ ਬੈਠੀ ਆਵਾਜ਼ ਬਹੁਤ ਆਉਣੀ ਚਾਹੀਦੀ ਆ। ਫਿਰ ਬੁਲਾਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ।